ਐਡ ਪੰਜਾਬੀ ਟੀਵੀ ਜਜ਼ਬਾ ਕੁਝ ਬਦਲਣ ਦਾ ਸਤਿ ਸ੍ਰੀ ਅਕਾਲ ਜੀ ਵਰਲਡ ਪੰਜਾਬੀ ਟੀਵੀ ਤੁਸੀਂ ਵੇਖ ਰਹੇ ਹੋ ਜੀ ਮੈਂ ਅਮਰ ਪੰਜਾਬੀ ਗਾਣੇ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਕੁਝ ਵਿਵਾਦ ਕੁਝ ਚੰਗੇ ਗਾਣੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਬੋਲਬਾਲਾ ਹਮੇਸ਼ਾ ਤੋਂ ਹੀ ਰਹਿੰਦਾ ਹੈਗਾ ਪਰ ਇੱਕ ਗਾਇਕ ਜਿਹੜਾ ਹੈ ਜਿਹਦਾ ਨਵਾਂ ਗਾਣਾ ਅੱਜ ਕੱਲ੍ਹ ਸੁਰਖੀਆਂ ਦਾ ਕਾਰਨ ਬਣਿਆ ਹੋਇਆ ਉਸ ਗਾਇਕ ਦੀ ਵੀ ਗੱਲ ਕਰਾਂਗਾ ਪਹਿਲਾਂ ਸਭ ਤੋਂ ਪਹਿਲਾਂ ਉਹ ਗਾਣਾ ਜਿਹਨੂੰ ਲੈ ਕੇ ਵਿਵਾਦ ਹੈ ਉਹ ਗਾਣੇ ਦੇ ਅੰਸ਼ ਜਿਹਨੂੰ ਲੈ ਕੇ ਵਕੀਲ ਭਾਈਚਾਰਾ ਕਾਫੀ ਜ਼ਿਆਦਾ ਖਫਾ ਹੋ ਰੱਖਿਆ ਉਹਨਾਂ ਨੂੰ ਬਿਲਕੁਲ ਵੀ ਇਹ ਗਾਣਾ ਪਸੰਦ ਨਹੀਂ ਆ ਰਿਹਾ ਹੈਗਾ ਸੋਲਾ ਨੇ ਗੱਲ ਜਿਹੜੀ ਹੈ ਸੱਚ ਹੈ ਕਿਉਂਕਿ ਇੱਕ ਵਕੀਲ ਮਾਹਰ ਵਕੀਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੀ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਅਸੀਂ ਚਰਚਾ ਕਰਾਂਗੇ ਅਤੇ ਉਹਨਾਂ ਨੇ ਕੀ ਕੁਛ ਲੀਗਲ ਨੋਟਿਸ ਭੇਜਿਆ ਉਹ ਵੀ ਤੁਹਾਨੂੰ ਦੱਸਾਂਗੇ ਵਿਸਤਾਰ ਦੇ ਨਾਲ ਪਹਿਲਾਂ ਉਹ ਗਾਣੇ ਦੇ ਅੰਸ਼ ਜਿਹਨੂੰ ਲੈ ਕੇ ਵਿਵਾਦ ਖੜਾ ਹੋਇਆ ਉਹ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਸੁਣਿਆ ਵਕੀਲਾਂ ਬਾਰੇ ਚਰਚਾ ਕੀਤੀ ਗਈ ਹੈ ਮਨਕੀਰਤ ਔਲਖ ਦਾ ਇਹ ਗਾਣਾ ਅੱਠ ਰਫਲਾਂ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਹੈਗੇ ਨੇ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਹਰ ਵਕੀਲ ਵੀ ਸਾਡੇ ਨਾਲ ਜੁੜੇ ਨੇ ਚਰਚਾ ਕਰਦੇ ਜਿਨ੍ਹਾਂ ਨੇ ਨੋਟਿਸ ਭੇਜਿਆ ਸੁਨੀਲ ਜੀ ਇਹਨਾਂ ਦਾ ਨਾਮ ਹੈ ਸੁਨੀਲ ਜੀ ਵੈਲਕਮ ਕਰਦੇ ਹਾਂ ਵਰਲਡ ਪੰਜਾਬੀ ਟੀਵੀ 'ਤੇ ਸੁਨੀਲ ਜੀ ਨੋਟਿਸ ਦੀ ਕਾਪੀ ਵੀ ਸਭ ਤੋਂ ਪਹਿਲਾਂ ਚਾਹਵਾਂਗੇ ਦਿਖਾਈਏ ਆਪਣੇ ਦਰਸ਼ਕਾਂ ਨੂੰ ਅਤੇ ਨਾਲ ਨਾਲ ਇਹ ਕਾਪੀ ਵੀ ਤੁਹਾਨੂੰ ਦਿਖਾ ਰਹੇ ਹਾਂ ਅਤੇ ਨਾਲ ਨਾਲ ਸੁਨੀਲ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸੁਨੀਲ ਜੀ ਕਾਪੀ ਮੈਂ ਲਗਾਤਾਰ ਦਿਖਾ ਰਿਹਾ ਹੈਗਾ 11 ਤੋਂ 12 ਪੰਨਿਆਂ ਦੀ ਇਹ ਕਾਪੀ ਹੈਗੀ ਹੈ ਇਹ ਕਾਪੀ ਦੇ ਵਿੱਚ ਕਾਫੀ ਲੰਬਾ ਚੌੜਾ ਵਿਸਤਾਰ ਦੇ ਨਾਲ ਤੁਸੀਂ ਮਾਮਲਾ ਵੀ ਲਿਖਿਆ ਹੈ ਕਈ ਧਰਾਵਾਂ ਲੱਗੀਆਂ ਹੋਈਆਂ ਨੇ ਕਈਆਂ ਦੇ ਨਾਮ ਵੀ ਇਹਦੇ 'ਚ ਸ਼ਾਮਿਲ ਕੀਤੇ ਗਏ ਨੇ ਜਾਣਨ ਦੀ ਕੋਸ਼ਿਸ਼ ਕਰਾਂਗਾ ਵਕੀਲ ਭਾਈਚਾਰੇ ਨੂੰ ਇਹੋ ਜਿਹਾ ਕੀ ਬੁਰਾ ਲੱਗਿਆ ਹੈਗਾ ਇਸ ਗਾਣੇ ਦੇ ਬੋਲਾਂ ਕਰਕੇ ਕਿ ਤੁਸੀਂ 11-12 ਪੰਨਿਆਂ ਦਾ ਨੋਟਿਸ ਭੇਜ ਦਿੱਤਾ ਹੈਗਾ ਸਰ 11-12 ਪੰਨੇ ਤਾਂ ਥੋੜੇ ਸੀ ਹਲੇ ਵੀ ਹੋਰ ਵੱਧ ਜਾਣੇ ਸੀ ਪਰ ਮੈਂ ਕਿਹਾ ਵੀ ਚਲੋ ਮੁੜ ਕੇ ਇਹਨਾਂ ਕੋਲ ਅੰਗਰੇਜ਼ੀ ਨਹੀਂ ਪੜ੍ਹੀ ਜਾਣੀ ਇਹਨਾਂ ਨੂੰ ਮਾਸਟਰ ਰੱਖਣਾ ਪੈਣਾ ਪੜ੍ਹਾਉਣ ਨੂੰ ਤੇ ਚਲੋ ਇੱਥੇ ਤੱਕ ਹੀ ਗੁਜ਼ਾਰਾ ਕਰ ਦਈਏ ਜਿੱਥੋਂ ਤੱਕ ਸਵਾਲ ਹੈ ਨਾਰਾਜ਼ਗੀ ਕੀ ਹੈ ਜਿਹੜਾ ਬੰਦਾ ਆਪਣੇ ਪਿਓ ਨੂੰ ਗਾਲਾਂ ਕੱਢੇਗਾ ਉਹ ਡੈਫੀਨੇਟਲੀ ਪਿਓ ਦਾ ਉਹਨੂੰ ਜੁੱਤੀਆਂ ਨਾਲ ਹੀ ਮਾਰੇਗਾ ਡੰਡਿਆਂ ਨਾਲ ਮਾਰੇਗਾ ਉੱਦਾਂ ਤੇ ਛੱਡਣ ਨਹੀਂ ਲੱਗਾ ਔਰ ਵਕਾਲਤ ਜਿਹੜੀ ਹੈ ਲੀਗਲ ਟੀਮ ਜਿਹੜੀ ਹੈ ਇਹ ਸਟੈਚੂਏਟ ਬੋਰਡ ਮੈਂਬਰ ਹੁੰਦੇ ਨੇ ਯਾਨੀ ਕਿ ਸੰਵਿਧਾਨ ਦੇ ਬੰਦੇ ਹੁੰਦੇ ਨੇ ਜਿਹੜੇ ਦੇਸ਼ 'ਚ ਕਾਨੂੰਨ ਬਣਾਉਂਦੇ ਨੇ ਔਰ ਕਾਨੂੰਨ ਨੂੰ ਪ੍ਰੋਟੈਕਟ ਕਰਦੇ ਨੇ ਇਹਨਾਂ ਦੇ ਦੋ ਕੰਮ ਨੇ ਵਕੀਲਾਂ ਦੇ ਕਾਨੂੰਨ ਬਣਾਉਣਾ ਤੇ ਉਹਨੂੰ ਪ੍ਰੋਟੈਕਟ ਕਰਕੇ ਰੱਖਣਾ ਤਾਂ ਕਿ ਕੋਈ ਇਹਦਾ ਬ੍ਰੀਚ ਨਾ ਕਰ ਸਕਦੇ ਦੇਖੋ ਅਸੀਂ ਦੋਸ਼ੀ ਵੱਲੋਂ ਵੀ ਲੜਦੇ ਹਾਂ ਜਿਹਨੂੰ ਪੁਲਿਸ ਨੇ ਦੋਸ਼ੀ ਕਰਾਰ ਦੇ ਦਿੱਤਾ ਹੁੰਦਾ ਅਸੀਂ ਕੰਪਲੇਨੈਂਟ ਵੱਲੋਂ ਵੀ ਲੜਦੇ ਹਾਂ ਅਸੀਂ ਉਹਨਾਂ ਦਾ ਪੱਖ ਨਹੀਂ ਰੱਖਦੇ ਅਸੀਂ ਕਾਨੂੰਨ ਦਾ ਪੱਖ ਰੱਖਦੇ ਹਾਂ ਔਰ ਇਹ ਬੰਦੇ ਕੱਲ੍ਹ ਦੇ ਜੰਮੇ ਜਿਹੜੇ ਅਨਪੜ੍ਹ ਕਹੂੰਗਾ ਮੈਂ ਬਈ ਇਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਕਮਿਊਨਿਟੀ ਦੇ ਜਿਹਦੇ ਵਾਸਤੇ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਮਾਨਯੋਗ ਸਾਡੀਆਂ ਡਿਸਟ੍ਰਿਕਟ ਕੋਰਟਾਂ ਜਿਹਦੇ ਨਾਂ ਦੇ ਅੱਗੇ ਲਰਨਡ ਸ਼ਬਦ ਲਾਉਂਦੀਆਂ ਲਰਨਡ ਐਡਵੋਕੇਟ ਸ਼੍ਰੀ ਦੀ ਜਗ੍ਹਾ ਸਾਡੇ ਨਾਂ ਦੇ ਕੇ ਲਰਨਡ ਐਡਵੋਕੇਟ ਲੱਗਦਾ ਹੈ ਯਾਨੀ ਕਿ ਅਸੀਂ ਪੜ੍ਹੀ ਲਿਖੀ ਇੰਟੈਲੀਜੈਂਟ ਕੌਮ ਘੁਆਉਂਦੇ ਹਾਂ ਉਸ ਕੌਮ ਨੂੰ ਇਹ ਕਹਿੰਦੇ ਆ ਵੀ ਚੱਕੀ ਉਹ ਵਕੀਲ ਫਿਰਦੇ ਅਸੀਂ ਮਤਲਬ ਸਬਜ਼ੀਆਂ ਮੂਲੀਆਂ ਗਾਜਰਾਂ ਮਤਲਬ ਕੋਈ ਇਹੋ ਜਿਹੀ ਚੀਜ਼ਾਂ ਜਿਹੜੀ ਸਾਨੂੰ ਚੱਕ ਕੇ ਤੁਰੇ ਫਿਰਦੇ ਉਹਨਾਂ ਨੇ ਤੇ ਉੱਤੋਂ ਜਵਾਬ ਆਉਂਦਾ ਕਿ ਇਹ ਰਫਲਾਂ ਦੇ ਖੋਖੇ ਨੇ ਯਾਨੀ ਕਿ ਅਸੀਂ ਚੱਲੀਆਂ ਗੋਲੀਆਂ ਵਾ ਜਿਹਦੀ ਕੋਈ ਮਤਲਬ ਵੈਲਿਊ ਨਹੀਂ ਹੈ ਅਸੀਂ ਡਸਟਾ ਮਟੀਰੀਅਲ ਹੋ ਗਏ ਇਹਦਾ ਹੁਣ ਭਾਅ ਇਹਨਾਂ ਨੂੰ ਪਏਗਾ ਇਸ ਨੋਟਿਸ ਦਾ ਜਵਾਬ ਜੇ ਦੇਣਗੇ ਤੇ ਸਾਡਾ ਵਕੀਲ ਭਾਈਚਾਰਾ ਤੇ ਇਸ ਨੋਟਿਸ ਦਾ ਜਵਾਬ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਬਣਾ ਕੇ ਦਊ ਕੋਈ ਅੰਦਰ ਖਾਤੇ ਬਣਾ ਦੇ ਤੇ ਪਤਾ ਨਹੀਂ ਪਰ ਇਹਨਾਂ ਕੋਈ ਇੰਗਲਿਸ਼ ਨਹੀਂ ਪੜ੍ਹੀ ਜਾਂਦੀ ਇਹ ਮੇਰਾ ਵਾਅਦਾ ਬਿਲਕੁਲ ਸੁਨੀਲ ਜੀ ਦੂਜੇ ਪਾਸੇ ਮੈਂ ਹਾਲਾਂਕਿ ਨੋਟਿਸ ਪੂਰਾ ਦੇਖਿਆ ਹੈਗਾ 11-12 ਪੰਨਿਆਂ ਦਾ ਚਲੋ ਮੈਂ ਤਾਂ ਪੜ੍ਹ ਲਿਆ ਹੈਗਾ ਕੁਛ ਧਾਰਾਵਾਂ ਵੀ ਇਹਦੇ 'ਚ ਮੈਂਸ਼ਨ ਕੀਤੀਆਂ ਗਈਆਂ ਹਨ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਕਿਹੜੀਆਂ ਧਾਰਾਵਾਂ ਤੁਸੀਂ ਜੋੜਨ ਦੀ ਇੱਥੇ ਕੋਸ਼ਿਸ਼ ਕਰ ਰਹੇ ਹੋ ਨੋਟਿਸ ਭੇਜਿਆ ਗਿਆ ਅਤੇ ਦੂਜੀ ਗੱਲ ਇਹ ਵੀ ਦੱਸੋ ਕਿਸ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਮੈਂ ਦੱਸਦਾ ਵੀ ਇਹ ਨੋਟਿਸ ਜਿਹੜਾ ਹੈ ਮਲਕੀਰਤ ਔਲਖ ਨੂੰ ਦਿੱਤਾ ਹੈ ਜਿਹੜਾ ਮੇਨ ਸਿੰਗਰ ਹੈ ਉਸ ਤੋਂ ਬਾਅਦ ਗੁਰਲੇਜ ਅਖਤਰ ਹੈ ਜਿਹੜੀ ਕੋ ਸਿੰਗਰ ਹੈ ਸ਼੍ਰੀ ਬਰਾੜ ਜੀ ਦਾ ਨਾਂ ਪਵਨਦੀਪ ਸਿੰਘ ਹੈ ਉਹਨੂੰ ਦਿੱਤਾ ਹੈ ਐਵੀ ਸਰਾਂ ਨੂੰ ਦਿੱਤਾ ਹੈ ਮਾਹੀ ਸੰਧੂ ਨੂੰ ਜੋਬਨ ਸੰਧੂ ਨੂੰ ਫਿਰ ਉਸ ਤੋਂ ਬਾਅਦ ਗਿੰਨੀ ਕਪੂਰ ਹੈ ਜਗਜੀਤ ਸਿੰਘ ਧਨੋਆ ਹੈ ਤੇਜਵੀਰ ਸਿੰਘ ਹੈ ਜਿਹੜਾ ਪ੍ਰੋਡਿਊਸਰ ਹੈ ਖੁਸ਼ਹਾਲ ਨਈਅਰ ਹੈ ਗੈਰੀ ਨਵਾਬ ਹੈ ਤੇ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋਇਆ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜੀ ਜੀ ਜਿਹੜੇ ਜਿਹੜੇ ਸੋਸ਼ਲ ਮੀਡੀਆ ਨੇ ਇਹਨੂੰ ਪਬਲਿਸ਼ ਕੀਤਾ ਅਸੀਂ ਉਹਨਾਂ ਸਾਰਿਆਂ ਨੂੰ ਪਾਰਟੀ ਬਣਾ ਕੇ ਪਲੱਸ ਜਿਹੜਾ ਅਨਨੇਮਡ ਕਰੂ ਹੈ ਜਿਹੜੇ ਬੰਦੇ ਪਿੱਛੇ ਡਾਂਸ ਕਰਦੇ ਪਏ ਨੇ ਜਿਹੜੇ ਬੰਦਿਆਂ ਨੇ ਵੀਡੀਓਗ੍ਰਾਫੀ ਚ ਮਦਦ ਕੀਤੀ ਹੈ ਜਿਨ੍ਹਾਂ ਨੇ ਐਡੀਟਿੰਗ ਕੀਤੀ ਹੈ ਈਵਨ ਮੈਂ ਪੋਸਟਰ ਬਣਾਉਣ ਵਾਲੇ ਨੂੰ ਵੀ ਪਾਰਟੀ ਰੱਖਿਆ ਕਿਉਂਕਿ ਹਰ ਬੰਦੇ ਦੀ ਡਿਊਟੀ ਹੈ ਲਾਅ ਕਹਿੰਦਾ ਇਗਨੋਰੈਂਸ ਆਫ ਲਾਅ ਇਜ਼ ਨਾਟ ਐਨ ਐਕਸਕਿਊਜ਼ ਇੱਕ ਬੰਦਾ ਕਹਿੰਦਾ ਜੀ ਮੈਂ ਬੰਦੇ ਨੂੰ ਗੋਲੀ ਮਾਰ ਕੇ ਬੰਦਾ ਮਾਰਦਾ ਮੈਨੂੰ ਨਹੀਂ ਸੀ ਪਤਾ
ਵੀ ਕਾਨੂੰਨ ਜੁਰਮ ਹੁੰਦਾ ਤੇ 302 ਲੱਗਦੀ ਹੈ। ਇਹਦਾ ਕੋਈ ਮਾਫੀ ਨਹੀਂ ਹੈ ਵੀ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ। ਵਕੀਲ ਜੀ ਐਵੇਂ ਨਾ ਹੋਵੇ ਕਿ ਆਟੇ ਨਾਲ ਘੁਣ ਵੀ ਪੀਸਿਆ ਜਾਵੇ। ਹਾਲਾਂਕਿ ਬਾਕੀ ਲੋਕਾਂ ਦੀ ਜੇ ਗੱਲ ਕਰੀਏ, ਬਾਕੀ ਲੋਕਾਂ ਦੇ ਨਾਲ ਜੇ ਗੱਲਬਾਤ ਕੀਤੀ ਜਾਵੇ ਤਾਂ ਬਾਕੀ ਲੋਕ ਤਾਂ ਇਹ ਕਹਿਣਗੇ ਕਿ ਹਾਂ ਸਾਡਾ ਤਾਂ ਕੰਮ ਹੈਗਾ, ਅਸੀਂ ਤਾਂ ਸਿਰਫ ਇੱਕ ਡਿਊਟੀ ਕਰਦੇ ਨਜ਼ਰ ਆ ਰਹੇ ਹਾਂ। ਠੀਕ ਹੈ, ਮੇਨ ਕਸੂਰਵਾਰ ਤਾਂ ਰਾਈਟਰ ਹੋਣਾ ਚਾਹੀਦਾ ਹੈਗਾ, ਗਾਣੇ ਦੇ ਜਿਸਨੇ ਬੋਲ ਲਿਖੇ ਨੇ। ਠੀਕ ਹੈ, ਮਲਕੀਰਤ ਦੀ ਗੱਲ ਕਰੀਏ, ਉਹ ਜ਼ਿੰਮੇਦਾਰ ਮੰਨਿਆ ਗਿਆ, ਡਾਇਰੈਕਟਰ ਪ੍ਰੋਡਿਊਸਰ ਜ਼ਿੰਮੇਦਾਰ ਮੰਨਿਆ ਗਿਆ। ਸਰ ਜੀ, ਸੈਕਸ਼ਨ 34 ਤੇ ਮੈਂ 120 ਵੀ ਦੋਨੋਂ ਲਾਏ ਨੇ। ਅੱਛਾ, ਸੈਕਸ਼ਨ 34 ਇਜ਼ ਕਾਮਨ ਇੰਟੈਂਸ਼ਨ, ਸਭ ਦੀ ਕਾਮਨ ਇੰਟੈਂਸ਼ਨ ਸੀ ਕਿ ਮੈਂ ਇਸ ਗਾਣੇ ਨੂੰ ਪ੍ਰਮੋਟ ਕਰਨਾ ਹੈ, ਬਣਾਉਣਾ ਹੈ, ਕਲੀਅਰ ਕਰਨਾ ਹੈ, ਐਡਿਟ ਕਰਨਾ ਹੈ, ਸਭ ਕੁਝ ਕਰਨਾ ਹੈ। ਔਰ 120 ਵੀ ਇਜ਼ ਕ੍ਰਿਮੀਨਲ ਕਨਸਪੀਰੇਸੀ। ਜਦੋਂ ਉਹਨਾਂ ਨੇ ਗਾਣਾ ਸੁਣਿਆ, ਜਦੋਂ ਉਹਨਾਂ ਨੇ ਗਾਣਾ ਕਿਹਾ, ਕਿਆ ਕਿਸੇ ਨੇ ਰੋਕਿਆ ਨਹੀਂ ਕਿ ਭਾਜੀ ਆਹ ਦੋ ਲਾਈਨਾਂ ਵਿੱਚ ਓਬਜੈਕਸ਼ਨੇਬਲ ਹੈ ਜਾਂ ਵਿੱਚੋਂ ਵਕੀਲ ਸ਼ਬਦ ਓਬਜੈਕਸ਼ਨੇਬਲ ਹੈ? ਜੇ ਉਹਨਾਂ ਨੇ ਟੋਕਿਆ ਹੁੰਦਾ ਤੇ ਇਸ ਕੰਮ, ਦੇਖੋ ਸਰ, ਇੱਕ ਕਾਰ ਵਾਲੇ ਚ ਤੁਸੀਂ ਕਾਰ ਇੱਕ ਕਾਰ ਚ ਤੁਹਾਨੂੰ ਉਸ ਤੋਂ ਛੋਟੀ ਐਗਜ਼ਾਮਪਲ ਦਿੰਦਾ, ਤੁਸੀਂ ਬੱਸ ਚ ਸਫ਼ਰ ਕਰ ਰਹੇ ਹੋ, ਤੁਸੀਂ 52 ਸਵਾਰੀਆਂ, ਉਹਦੇ ਵਿੱਚ ਮੈਂ ਤੇ ਤੁਸੀਂ ਕੋ ਪਾਰਟਨਰ ਆ, ਹੈ ਨਾ, ਟਰੈਵਲਰ। ਓਕੇ, ਮੈਂ ਤੁਹਾਨੂੰ ਕੋਈ ਜ਼ਹਿਰੀਲਾ ਬਿਸਕੁਟ ਪਾਉਣਾ, ਪਰਚਾ ਬੱਸ ਦੇ ਡਰਾਈਵਰ ਤੇ, ਬੱਸ ਦੇ ਮਾਲਕ ਤੇ, ਸਾਰਿਆਂ ਤੇ ਹੁੰਦਾ, ਕੰਡਕਟਰ ਤੇ ਵੀ ਹੁੰਦਾ, ਜਦਕਿ ਬੱਸ ਵਾਲੇ ਨੂੰ ਤਾਂ ਪਤਾ ਨਹੀਂ ਮੇਰੀ ਸਵਾਰੀ ਕਿੱਥੋਂ ਚੜ੍ਹਨੀ ਕਿੱਥੋਂ ਉਤਰਨੀ ਹੈ। ਮਾਲਕ ਤੇ ਘਰ ਬੈਠਾ ਵਿਚਾਰਾ। ਲਾਅ ਇਹ ਕਹਿੰਦਾ ਕਿ ਕਾਮਨ ਇੰਟੈਂਸ਼ਨ ਤੇ ਕ੍ਰਿਮੀਨਲ ਕਨਸਪੀਰੇਸੀ, ਤੁਹਾਡੀ ਆਪਸ ਚ ਮਿਲੀ ਭੁਗਤ ਹੈ, ਹਮ ਮਸ਼ਵਰਾ ਹੋ ਕੇ ਤੁਸੀਂ ਇਹ ਕੰਮ ਕੀਤਾ, ਤੁਸੀਂ ਮੇਰੇ ਮੋਟਰਸਾਈਕਲ ਦੇ ਪਿੱਛੇ ਬਹਿ ਕੇ ਚੱਲੋ, ਮੈਂ ਜਾਵਾਂਗਾ, ਉਤਰਾਂਗਾ, ਗੋਲੀ ਮਾਰਾਂਗਾ ਬੰਦੇ ਨੂੰ, ਵਾਪਸ ਆਵਾਂਗਾ, ਤੁਹਾਡੇ ਤੇ ਵੀ ਪਰਚਾ ਆਉਣਾ ਹੈ ਕਿ ਯੂ ਕੰਪਨੀਡ ਮੀ, ਤੇ ਲਾਅ ਕਿੱਦਾਂ ਛੱਡ ਦੇਗਾ ਤੁਹਾਨੂੰ? ਪਰ ਸੁਨੀਲ ਜੀ, ਤੁਸੀਂ ਇਕੱਲੇ ਵਕੀਲ ਹੋ ਜਿਹੜਾ ਇਹ ਮਾਮਲਾ ਉਜਾਗਰ ਕਰ ਰਹੇ ਹੋ। ਸੁਨੀਲ ਜੀ ਤੁਸੀਂ ਇਕੱਲੇ ਵਕੀਲ ਹੋ ਜਿਹੜਾ ਇਹ ਮਾਮਲਾ ਉਜਾਗਰ ਕਰ ਰਹੇ ਹੋ, ਜਾਂ ਫਿਰ ਮੀਡੀਆ ਦੇ ਸਾਹਮਣੇ ਆ ਕੇ ਖੁੱਲ੍ਹ ਕੇ ਇਹ ਗੱਲ ਕਰਦੇ ਨਜ਼ਰ ਆ ਰਹੇ ਹੋ, ਸਿੱਧੀ ਟੱਕਰ ਦੇ ਰਹੇ ਹੋ ਦੂਜੇ ਸ਼ਬਦਾਂ 'ਚ ਕਹੀਏ ਤਾਂ। ਪਰ ਸਵਾਲ ਇੱਥੇ ਇਹ ਹੈ ਨਾ ਕਿ ਸਿੱਧੂ ਮੂਸੇਵਾਲਾ ਤੋਂ ਲੈ ਕੇ ਕਿੰਨੇ ਹੀ ਸਿੰਗਰ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਨੇ, ਜਾਂ ਫਿਰ ਲੱਚਰ ਗਾਇਕੀ ਵੀ ਕਾਫੀ ਜ਼ਿਆਦਾ ਪ੍ਰਚਲਨ ਦੇ ਵਿੱਚ ਹੈਗੇ ਹੈ, ਗੈਂਗਸਟਰ ਜਾਂ ਫਿਰ ਗੈਂਗਵਾਦ ਨੂੰ ਰਫਲਾ ਦੀ ਗੱਲ ਕਰੀਏ, ਸ਼ਰਾਬ ਦੀ ਗੱਲ ਕਰੀਏ, ਜਾਂ ਫਿਰ ਮਹਿਲਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਹੁਣ ਤੱਕ ਫਿਲਹਾਲ ਪ੍ਰਚਾਰ ਦੇ ਰਹੇ ਹਨ, ਤੁਹਾਨੂੰ ਨਹੀਂ ਲੱਗਦਾ ਉਸ ਮੁਤਲਕ ਵੀ ਆਵਾਜ਼ ਉਠਾਉਣੀ ਚਾਹੀਦੀ ਸੀ ਫਿਰ ਤਾਂ? ਸਰ, ਇਸ ਤਰ੍ਹਾਂ ਹੈ ਕਿ ਜਦੋਂ ਮੇਰੇ ਨੋਟਿਸ ਦਾ ਗਾਣਾ ਆਇਆ, ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਦੂਸਰਾ ਗਾਣਾ ਜਿਹੜਾ ਉਹਨੇ ਸੰਜੇ ਦੱਤ ਬਾਰੇ ਕਿਹਾ ਵੀ ਉਹਦੇ ਤੇ ਵੀ ਇੰਨੇ ਪਰਚੇ ਹੋਏ ਤੇ ਮੇਰੇ ਤੇ ਵੀ ਹੋ ਗਏ, ਉਹਦੇ ਤੇ ਨੋਟਿਸ ਜਾ ਰਿਹਾ। ਇਸ ਤੋਂ ਬਾਅਦ ਇੱਕ ਹੋਰ ਮੈਡਮ ਨੇ ਜਿਨ੍ਹਾਂ ਨੇ ਗਾਣਾ ਗਾਇਆ, ਲੁੱਟ ਲਈ ਵਕੀਲਾਂ ਨੇ, ਉਹ ਹੁਣ ਵਕੀਲ ਲੁੱਟ ਕੇ ਦਿਖਾਣਗੇ ਵੀ ਕਿਵੇਂ ਲੁੱਟੀ ਜਾਂਦੀ ਹੈ? ਮਤਲਬ ਵਕੀਲ ਤੁਹਾਨੂੰ ਦੱਸਣ ਗਏ ਸੀ ਪਹਿਲਾਂ ਤੁਸੀਂ ਕਤਲ ਕਰੋ, ਕਤਲ ਕਰਨ ਤੋਂ ਬਾਅਦ ਤੁਸੀਂ ਮੇਰੇ ਕੋਲ ਆਓ ਤੇ ਫਿਰ ਮੈਂ ਤੁਹਾਨੂੰ ਲੁੱਟਾਂ? ਮੈਨੂੰ ਦੱਸੋ, ਅੱਜ ਤੱਕ ਕੋਈ ਵਕੀਲ ਤੁਹਾਡੇ ਘਰ ਆਇਆ ਭਾਜੀ ਵੀ ਕੇਸ ਕਰਾਉਣਾ ਤੇ ਦੱਸੋ? ਦੱਸੋ, ਸਹੀ ਬਾਤ ਹੈ, ਗਾਣੇ ਗਾਉਣ ਵਾਲੇ ਤੁਹਾਡੇ ਘਰਾਂ ਤੇ ਮਾਰਕੀਟਿੰਗ ਕਰਕੇ ਪਹੁੰਚਦੇ ਨੇ ਕਿ ਮੇਰਾ ਗਾਣਾ ਸੁਣੋ। ਕੋਈ ਵਕੀਲ ਆਇਆ ਕਦੀ ਤੁਹਾਡੇ ਕੋਲ ਕਿ ਭਾਜੀ ਤੁਸੀਂ ਕੋਈ ਮਰਡਰ ਕਰੋ, ਮੈਂ ਤੁਹਾਡਾ ਕੇਸ ਲੜੂੰਗਾ? ਦੱਸੋ। ਪਰ ਵਕੀਲ ਸਾਹਿਬ, ਪੰਜਾਬ 'ਚ ਤਾਂ ਵਕੀਲ ਸਾਹਿਬ, ਪੰਜਾਬ 'ਚ ਤਾਂ ਸੈਂਸਰ ਬੋਰਡ ਹੀ ਨਹੀਂ ਹੈ, ਫਿਰ ਤਾਂ ਕੁਛ ਵੀ ਬਣਾਉਂਦਾ ਰਹੇ ਕੋਈ ਵੀ। ਲਾਅ ਆਫ ਲੈਂਡ, ਤੁਸੀਂ ਇੰਡੀਆ 'ਚ ਰਹਿ ਰਹੇ ਹੋ, ਤੁਸੀਂ ਪੰਜਾਬ 'ਚ ਨਹੀਂ ਰਹਿ ਰਹੇ ਇਕੱਲੇ 'ਚ, ਇੰਡੀਆ ਵੀ ਉਹਦਾ, ਇੰਡੀਆ ਦਾ ਹਿੱਸਾ ਹੈ ਪੰਜਾਬ। ਔਰ ਜਿਹੜਾ ਸਟੇਟ ਕੋਲ ਲਾਅ ਕਹਿੰਦਾ, ਜਿਹੜਾ ਐਕਟ ਸਟੇਟ ਕੋਲ ਨਾ ਹੋਵੇ ਉਹ ਸੈਂਟਰਲ ਦਾ ਐਕਟ ਮੰਨਿਆ ਜਾਏਗਾ। ਯਾਨੀ ਕਹਿ ਸਕਦੇ ਜਿਹੜੀ ਤੁਸੀਂ ਕਿਉਂ ਨਹੀਂ ਮੰਨਿਆ ਗਿਆ ਤਾਂ ਕਰ ਰਹੇ ਹੋ ਇਹਨਾਂ ਨੇ, ਜੇ ਗੈਰ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਹੈ ਵਕੀਲ ਸਾਹਿਬ, ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਹੈ, ਯਾਨੀ ਉਮੀਦ ਕਰ ਸਕਦੇ ਹਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਲੋਕਾਂ ਨੂੰ ਇੱਕ ਮੈਸੇਜ ਆਵੇਗਾ ਸਖਤ ਕਿ ਹਾਂ, ਜੇ ਤੁਸੀਂ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਤਾਂ ਕੋਈ ਇੱਕ ਤਬਕਾ ਹੈ ਜੋ ਖੜਾ ਹੋ ਸਕਦਾ ਹੈ ਹੱਕਾਂ ਦੇ ਲਈ? ਲੋਕਡਾਊਨ ਖੁੱਲਣ ਦਿਓ, ਮੇਰੀ ਪਬਲਿਕ ਇੰਟਰਸਟ ਲਿਟੀਗੇਸ਼ਨ ਡਲ ਪੈ ਰਹੀ ਹੈ, ਮੇਰੇ 40 ਜੂਨੀਅਰ ਇਹਦੇ ਤੇ ਕੰਮ ਕਰ ਰਹੇ ਨੇ, ਔਰ ਅਸੀਂ ਇੱਕ ਇੱਕ ਗਾਣੇ ਨੂੰ, ਇੱਕ ਇੱਕ ਚੀਜ਼ ਨੂੰ ਵੇਰੀਫਾਈ ਕਰ ਰਹੇ ਹਾਂ, ਉਹਨੂੰ ਉਹਦੀ ਡਾਇਰੈਕਟਰੀ ਬਣ ਰਹੀ ਹੈ, ਔਰ ਮੇਰੀ ਪ੍ਰੋਪਰ ਪਟੀਸ਼ਨ ਪਏਗੀ ਬਿਫੋਰ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਟੂ ਸੈਟਲ ਸੈਂਸਰ ਬੋਰਡ ਇਨ ਪੰਜਾਬ ਸਪੈਸ਼ਲੀ ਔਨ ਦਿਸ ਵਲਗੈਰਿਟੀ, ਨਿਊਡਿਜ਼ਮ, ਡਰੱਗਸ, ਗਨਸ ਐਂਡ ਅਦਰ ਗਟਸ। ਜਿਹੜਾ ਮੈਨੂੰ ਇੱਕ ਗੱਲ ਦੱਸੋ ਭਾਜੀ, ਅਸੀਂ ਪੰਜਾਬ 'ਚ ਵਿਚਰਦੇ ਹਾਂ, ਜੀ ਜੀ, ਤੁਸੀਂ ਵੇਖਿਆ ਕਿਸੇ ਵੀ ਪੰਜਾਬ ਦੀਆਂ ਬਾਹਰ ਲੜਕੀਆਂ ਉੱਤੇ ਕੱਪੜਿਆਂ 'ਚ, ਨੰਗੇ ਕੱਪੜਿਆਂ 'ਚ, ਜਿੱਦਾਂ ਦਾ ਇਹ ਲੋਕ ਪ੍ਰੋਟੈਂਡ ਕਰਦੇ ਨੇ, ਅਸੀਂ ਕਲੱਬਾਂ 'ਚ ਵੀ ਜਾਂਦੇ ਹਾਂ, ਡਿਸਕਾਂ 'ਚ ਵੀ ਜਾਂਦੇ ਹਾਂ, ਚੰਡੀਗੜ੍ਹ 'ਚ ਡਿਸਕਾਂ ਨੇ, ਮੁਹਾਲੀ ਡਿਸਕਾਂ ਨੇ, ਈਵਨ ਮਾਈਕਰੋ ਬਰਿਊਰੀਆਂ ਖੁੱਲੀਆਂ ਨੇ, ਕਿਆ ਉੱਥੇ ਕੁੜੀਆਂ ਨੰਗੀਆਂ ਹੋ ਕੇ ਆਉਂਦੀਆਂ ਜਿੱਦਾਂ ਇਹ ਪ੍ਰਟੈਂਡ ਕਰਦੇ ਨੇ ਕੁੜੀਆਂ ਨੂੰ? ਅਸੀਂ ਮਤਲਬ ਸਾਡੀਆਂ ਭੈਣਾਂ ਇੱਦਾਂ ਦੀਆਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਬਿਲਕੁਲ ਫਿਰਦੀਆਂ ਨੇ। ਤੁਸੀਂ ਯਾਨੀ ਇਹ ਚਾਹੁੰਦੇ ਹੋ ਕਿ ਪੰਜਾਬ ਦਾ ਜਿਹੜਾ ਅਸਲ ਕਲਚਰ ਹੈਗਾ ਉਸ ਵੱਲ ਫੋਕਸ ਕੀਤਾ ਜਾਵੇ, ਜੋ ਅਸਲ ਗਾਇਕੀ ਹੈ ਪੰਜਾਬ ਦੀ, ਇਤਿਹਾਸਕ ਜਿਹੜੀ ਇਤਿਹਾਸਕਤਾ ਹੈਗੀ ਹੈ ਜਿਹੜੀ, ਉਸ ਤੇ ਹੀ ਰਿਹਾ ਜਾਵੇ ਤਾਂ ਜ਼ਿਆਦਾ ਮੁਨਾਸਿਬ ਹੈ।
मॉडर्न जमाने की आड़ दे विच किसे नूं भी लपेटे दे विच लेना जां फिर लचर गायकी का इस्तेमाल करना, तुहाडा पॉइंट यह है कि वह गलत आ? बिल्कुल ठीक है जी। सैकेंड मैं एक होर गल कहांगा, साडे पुराने जमाने की गल करदा मैं, जदों असीं बहुत निक्के सी साडे घरां च मरासी आ के गाने गाउंदे सी, घर च विआह हुंदा सी, भांड आ के गाने गाउंदे सी, खुसरे नचदे सी, उन्हां ने कदी कोई वल्गैरिटी नहीं कीती, उन्हां दे गाणिआं च कोई मैसेज सी। जिन्ने वधिया गायक ने, मैं जे गुरदास मान जी की गल करा, हंसराज हंस की गल करा, सरदूल सिकंदर जी जिहड़े चले गए उन्हां दी गल करा, दसो किसे गाने च कोई गंदगी उन्हां दे हैगी है? साडे कल्चर नूं ते इन्हां ने दारूबाज, रंडीबाज, फिर ड्रगबाज, पता नहीं की कुछ बना छड्या, फिर गंज, हुणे साडे दो पुलिस मुलाजमान का कतल होया। ये चीजा नौजवान पीढ़ी नूं प्रॉम्प्ट कर दिया पईआं, और जो नौजवान पीढ़ी प्रॉम्प्ट हुंदी है, अलड़ पुनिश गलतियां करती है। और साडा उड़दा पंजाब फिल्म आई सी, पूरे वर्ल्ड ने सानू थू थू कीती सी। मैनूं दसो क्या जो उड़दा पंजाब च दिखाया गया सी पंजाब उदां दा है? बिल्कुल नो डाउट ड्रग्स हैगे ने, होर बड़ियां कमियां ने, नोटिस भेजे है किसी का? रिस्पोंस आया इस मुतालिक? क्योंकि नोटिस तो तुसी काफियां नूं भेज चुके हो, कोई जवाब आया नोटिस दे जवाब च? मैं यह नोटिस सिर्फ इन्हों पार्टियों नूं भेजे है, इन्हों नूं इहदे विच मैं 30 days का टाइम दिता है। 15 दिन कहती है साडी लॉ, कहता कि 15 दिन का टाइम दिओ, पर मैं इन्हों नूं 30 दिन का टाइम दिता भी तुसीं खुला टाइम लै लो, इंग्लिश पढ़ाउणी होएगी किसे कोलों, मीनिंग समझने होणगे, चंगी तरह समझ लो। मैं तो इहदे विच देश द्रोह का मुकदमा तक इन्हां ते दर्ज कराउण दी धारा लाई है, और उहदे ते दर्ज भी कराऊंगा। इन्हां दी ऐसी इंटेंशन, कॉमन इंटेंशन टू कॉज हर्ट और ऐसा क्राइम पैदा करना किसे एक कम्युनिटी नूं, व्यक्ति विशेष नूं तंग करके या उन्हूं उकसाउणा कि कोई दंगे फैलण, मैं ते ओह धारा भी लाई है। मैं ते इन्हां दे आर्म्स एक्ट दी धारा भी लाई है, भी इन्हां ने आर्म्स जिहड़ियां यूज कीतियां ने, ओह ए टॉय है कि की है, ते बाद चो सिद्ध होएगा। ये सारियां धारावां इन्हां ते लगियां ने, ईवन उस तों बाद मानहानी दी धारा लगी है। और मोर ओवर मेरी जिहड़ी रीप्रजेंटेशन है मानयोग साडी बार कौंसल पंजाब हरियाणा नूं और ऑल इंडिया बार नूं असी भेजी है, ताकि साडी कम्युनिटी हुण इहनां दे कोलों सवाल पुछेगी। मेरे कोल कई मेरी बार एसोसिएशनां दे फोन आए ने, और साडियां बार एसोसिएशनां मेरे नोटिस दे उत्ते अपनी कवरिंग लैटर ला के इहनां नूं चिट्ठियां भेजण लगे ने, भी हाँ दसो भी असीं कित्थां हैगे आ। इहनां नूं वार्निंग दे रहा मैं, गाणा इमीजिएटली हटा लैण, और मैं इहनां नूं इह भी कहा कि जे तुसीं कोई इहो जिहा कम नहीं हटे कारवाई में करावांगा कोर्ट, 110 CRPC दी प्लस जेडे इन्होंने पिछे 35 नंबर FIR हुई सी मानसा डिस्ट्रिक्ट सदर थाने च, और सिद्धू मूसेवाला ते मनकीरत औलखे दोनों जाने सीगे जिहदे विच गंज नूं इस्तेमाल करन वास्ते इन्हां ते परचा दर्ज होया सी 2020 जी जी। ओदे च भी इन्हां ने अंडरटेकिंगां दित्तियां होणगियां कि असीं अज तों बाद इहो जिहा कोई कल्चर नहीं विछावांगे। जे इहो जिहा कल्चर विखा रहे ने, विछा रहे ने साडे पंजाब वास्ते, ते इन्हां ते कंटेंप्ट ऑफ कोर्ट दी धारा भी लवा के इन्हां नूं कोर्ट वल्लों भी प्लस परजरी 340 प्लेइंग परजरी विद द कोर्ट, की कोर्ट नूं गुमराह करके अपना फायदा चुकना, और उस तों बाद या कोर्ट नाल झूठ बोलना, इह वड्डे क्लच च फसण वाले आ, चिंता ना करो। हाईलाइट होने विवादा दे विच रह के पब्लिसिटी हासिल करन लई, जां फिर कह सकदे आ कि गाने नूं प्रमोट करन लई इस तरह दे विवाद भी क्रिएट कीते जांदे ने? सर जदों चुक के अंदर दे दित्ते जाणगे फिर प्रमोशनां की करनगियां? भाई साहब डर लगता है, गला सूखता है, ये नोटिस गया है, कोई मजाक नहीं है, ये लीगल प्रोसेस है, वार्निंग पहुंची है, रजिस्ट्रियां रस्ते च ने, वो भी पहुंच जानी है, सोशल इन्हां नूं मैं व्हाट्सएप दे थ्रू डिलीवर कर चुका, इन्हां दे दो जाने दे फोन भी आए, एक बंदा कहिंदा भाजी ये कागज जिहा की भेजिया जे, मैं कहा कागज मोड़ कट के वजन वाली गोली है सज्जना, वकील दी गोली वैसे बंदूक की गोली सीधी वजदी है ना, वकील की गोली मोड़ कट के वजदी है, और मेरा डायलॉग है
चौरस चक्कर आंदे इस गोली बजन तो बाद बड़िया की नींद हराम होंगी है और कानून च देर लग सकती है, अंधेर नहीं हुंदा और एदी पनिशमेंट पक्की हुंदी है, कच्ची नहीं हुंदी। जी जी सियाने बंदे सियाने बजुर्ग 20 रुपए का जो उन्होंने केस हो गया हो, कन्विक्शन हुई हो, उस कन्विक्शन नू हटाने लई सुप्रीम कोर्ट तक जाते हैं, पासपोर्ट के कॉलम नंबर 13 च लिखना पैंदा कि आई हैव नैवर बीन कन्विक्टेड बाय एनी कोर्ट, ता पासपोर्ट जारी हुंदा, नहीं तो पासपोर्ट जारी नहीं हुंदा। पासपोर्ट जब्त हुंदे ने सैक्शन 10 ऑफ पासपोर्ट एक्ट च, इन्हों के पासपोर्ट तक जब्त कराऊंगा मैं, कोई दिक्कत नहीं, कानून मुताबिक चलना है, मेरी परसनल रंजिश कोई नहीं, मेरी कम्यूनिटी गाल कटी है। भाजी मैं इन्ना खुंदकी इंसान हाँ, एक पटवारी ने 20 रुपये का गबन किया, मैं 13 साल लड़ाई लड़ी उसके नाल और वह बंदा सजा याफ्ता कराया मैं, गल 20 रुपए की नहीं है, गल 20 रुपए की नहीं है, गल अणख की है, गल कानून की है, गल सुनील जी आखिरी सवाल तुहाडे तों पुछांगा, पंजाब दे विच सेंसर बोर्ड भी होना चाहिए हैगा, तुसीं इह वी मंग करदे हो, तो पंजाब सरकार तों की मंग हैगी तुहाडी कि इस मुतलक ध्यान दिता जाए ताकि इस तरह दी चीजां ना सामने आउण। देखो सर इस तरह है कि सीएम साहब ने पिछे जे भी पूरा ऑनलाइन होके कहा सी जिहड़े आ 3-4 गायक ने जिहड़े हर वेले बंदूकां ड्रग्स लड़कियां नूं नंगा नचाउणा या किसी तरह का भी अनकल्चर्ड माहौल पैदा कर रहे ने या पंजाब नूं उहो जिहा प्रोजेक्ट कर रहे ने, उन्हां बंदिआं दे खिलाफ सख्त कार्रवाई की जाए। सो आई विल बी, मतलब मैं तुहानूं दस रहा कि मैं बस लॉकडाउन मर जा खुले थोड़ियां साडियां अदालतां च, बाकी रूटीन का काम शुरू होवे, पब्लिक इंटरेस्ट लिटिगेशन विल बी फाइल्ड for demand of censor board as well putting restrictions on them, ਇਹਦੇ ਵਾਸਤੇ ਐਕਟ ਚ ਅਮੈਂਡਮੈਂਟ ਕਰਾਤੀ ਜਾਏਗੀ, ਅਮੈਂਡਮੈਂਟ ਕੀ ਕਰਾਤੀ ਜਾਏਗੀ, ਉਹਨੂੰ ਇੰਪਲੀਮੈਂਟ ਕਰਾਇਆ ਜਾਏਗਾ, ਆਲਰੇਡੀ ਐਕਟ ਅਵੇਲੇਬਲ ਹੈ, ਲਾਅ ਅਵੇਲੇਬਲ ਹੈ, ਇਹਨਾਂ ਦੇ ਖਿਲਾਫ ਕਾਰਵਾਈਆਂ ਮੈਂ ਤੇ ਕਰਾਂਗਾ ਹੀ ਕਰਾਂਗਾ, ਆਈ ਵਿਲ ਨਾਟ ਸਪੇਅਰ ਦੈਮ। ਉਹ ਕਮਿਊਨਿਟੀ ਜਿਹੜੀ ਤੁਹਾਨੂੰ ਭਾਜੀ ਇਹ ਦੱਸਦੀ ਹੈ ਵੀ ਤੁਸੀਂ ਖੱਬਿਆ ਤੁਰਨਾ ਕਿ ਸੱਜਿਆ ਤੁਰਨਾ, ਇੱਥੋਂ ਤੱਕ ਅਸੀਂ ਲਾਅ ਬਣਾਉਂਦੇ ਹਾਂ, ਸੜਕ ਤੇ ਚੱਲਣ ਦੇ ਨਿਯਮਾਂ ਤੋਂ ਲੈ ਕੇ ਕਿੱਦਾਂ ਤੁਸੀਂ ਬਿਹੇਵੀਅਰ ਕਰਨਾ ਹੈ, ਤੁਹਾਡੇ ਕਨਸਟੀਟਿਊਸ਼ਨਲ ਰਾਈਟ, ਤੁਹਾਡੀਆਂ ਕ੍ਰਿਮੀਨਲ ਪ੍ਰੋਸੀਡਿੰਗਸ, ਤੁਹਾਡੀਆਂ ਸਿਵਲ ਪ੍ਰੋਸੀਡਿੰਗਸ, ਇਹ ਇੱਕ ਲਾਮੈਨ ਬਣਾਉਂਦਾ ਹੈ, ਕੰਟਰੀ ਦਾ ਲਾਮੈਨ, ਜਿਹੜਾ ਬੰਦਾ ਕਾਨੂੰਨ ਬਣਾਉਂਦਾ ਤੁਸੀਂ ਉਹਨੂੰ ਕਹਿੰਦੇ ਤੂੰ ਡਸਟਬਿਨ ਹੈ, ਇੰਨੀ ਤੁਹਾਡੀ ਜ਼ਰੂਰਤ। ਚਲੋ ਠੀਕ ਹੈ ਸੁਨੀਲ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਹਰ ਵਕੀਲ ਸਾਡੇ ਨਾਲ ਜੁੜੇ ਸਨ, ਤੁਸੀਂ ਸੁਣਿਆ ਸੁਨੀਲ ਸਾਹਿਬ ਕੀ ਕੁਝ ਕਹਿੰਦੇ ਨਜ਼ਰ ਆਏ। ਸਾਫ਼ ਤੌਰ ਤੋਂ ਇੱਕੋ ਹੀ ਗੱਲ ਉਹ ਕਹਿ ਰਹੇ ਨੇ ਕਿ ਲੋਕਡਾਊਨ ਖੁੱਲ੍ਹਣ ਤੋਂ ਉਸ ਤੋਂ ਬਾਅਦ ਕਾਰਵਾਈ ਹੋਵੇਗੀ, ਅਤੇ ਇਸ ਮੁਤਲਕ ਪੰਜਾਬ ਸਰਕਾਰ ਤੋਂ ਲੈ ਕੇ ਕਾਫੀ ਥਾਵਾਂ ਤੇ ਫਿਲਹਾਲ ਆਵਾਜ਼ ਉਹ ਬੁਲੰਦ ਕਰ ਚੁੱਕੇ ਨੇ ਤੇ ਉਹ ਕਹਿ ਰਹੇ ਹੈਗੇ ਨੇ ਕਿ ਹੋਰ ਵੀ ਜਿਹੜੇ ਸਿੰਗਰ ਨੇ ਉਹ ਵੀ ਲਪੇਟੇ ਦੇ ਵਿੱਚ ਜ਼ਰੂਰ ਆਉਣਗੇ। ਸਤਿ ਸ਼੍ਰੀ ਅਕਾਲ ਜੀ। ਵਰਲਡ ਪੰਜਾਬੀ ਟੀਵੀ, ਜਜ਼ਬਾ ਕੁਝ ਬਦਲਣ ਦਾ।